ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦਾ ਸਾਰੇ ਠੀਕ ਹੋਣਗੇ। ਤੇ ਅੱਜ ਆਪਾਂ ਗੱਲ ਕਰਦੇ ਹਾਂ ਆਸਟ੍ਰੇਲੀਆ ਦੇ ਬਾਰੇ। ਤੇ ਮੈਂ ਵਿਜ਼ਿਟਰ ਵੀਜ਼ੇ ਤੇ ਇੱਥੇ ਆਇਆ ਸੀ, ਤੇ ਕੋਈ ਦਿੱਕਤ ਨਹੀਂ ਆਈ, ਕੋਈ ਪਰੇਸ਼ਾਨੀ ਨਹੀਂ ਆਈ ਮੈਨੂੰ। ਅੱਜ ਘੱਟੋ ਘੱਟ 10 ਕੁ ਦਿਨ ਹੋ ਗਏ ਆਸਟ੍ਰੇਲੀਆ ਆਏ ਨੂੰ, ਤੇ ਮੇਰਾ ਵਿਜ਼ਿਟਰ ਵੀਜ਼ਾ ਸੀਗਾ। ਮੈਨੂੰ ਕੋਈ ਪ੍ਰੋਬਲਮ ਨਹੀਂ, ਨਾ ਇਮੀਗ੍ਰੇਸ਼ਨ, ਨਾ ਕਿਤੇ ਵੀ, ਨਾ ਇੰਡੀਆ 'ਚ, ਨਾ ਇੱਥੇ। ਬਹੁਤ ਈਜ਼ਲੀ ਮਤਲਬ ਸਭ ਹੋ ਗਿਆ, ਕੋਈ ਚੱਕਰ ਵਾਲੀ ਗੱਲ ਨਹੀਂ। ਬਸ ਤੁਹਾਨੂੰ ਪਤਾ ਹੋਣਾ ਚਾਹੀਦਾ ਕਿੱਥੇ ਆ ਰਹੇ ਹੋ, ਕਿੱਥੇ ਜਾ ਰਹੇ ਹੋ, ਕੀ ਕਰਨ ਲਈ ਆ ਰਹੇ ਹੋ, ਤੁਹਾਡਾ ਵੀਜ਼ਾ ਪਰਪਸ ਕੀ ਆ। ਭਾਈ, ਇਹਨਾਂ ਚੀਜ਼ਾਂ ਦੀ ਜਾਣਕਾਰੀ ਹੋਣੀ ਚਾਹੀਦੀ ਆਪਾਂ ਨੂੰ, ਹੋਰ ਜ਼ਿਆਦਾ ਕੁਛ ਨਹੀਂ। ਅਤੇ ਬਾਕੀ ਆਓ, ਤੁਹਾਨੂੰ ਦਰਸ਼ਨ ਕਰਾਉਂਦੇ ਹੁਣ ਇੱਥੋਂ ਦੇ ਘਰ ਦਾ। ਆਹ ਦੇਖੋ, ਆਹ ਚੱਲਦਾ ਟੀ ਵੀ, ਆਏ ਆਪਣੇ ਸੋਫੇ ਸੂਫੇ ਪਏ ਆ, ਆਏ ਆਪਣਾ ਬੈੱਡ ਆ, ਆਏ ਹਾਲ ਆ ਆਪਣਾ ਸਾਰਾ, ਆਹ ਡਾਇਨਿੰਗ ਟੇਬਲ ਆ, ਅਤੇ ਆਏ ਆਪਣਾ ਹੈਗਾ ਕਿਚਨ, ਆਹ ਸਾਰਾ ਕਿਚਨ ਹੈ ਆਪਣਾ। ਅਤੇ ਬਾਕੀ ਤੁਹਾਨੂੰ ਬੈਲਕਨੀ ਦੇ ਦਰਸ਼ਨ ਕਰਾਉਂਦਾ ਮੈਂ ਇੱਕ ਮਿੰਟ। ਅਤੇ ਆਹ ਹੈਗੀ ਆਪਣੀ ਬੈਲਕਨੀ, ਮੈਨੂੰ ਕਰਦੇ ਓਪਨ। ਆਹ ਦੇਖੋ ਬਾਹਰ ਦੇ ਨਜ਼ਾਰੇ, ਠੀਕ ਹੈ, ਬਹੁਤ ਵਧੀਆ ਚੱਲ ਰਿਹਾ। ਅਤੇ ਹੋ ਸਕੇ ਆਪਣਾ ਜਿੰਨਾ ਵੀ ਮਤਲਬ ਜਾਣਕਾਰੀ ਲੈ ਕੇ ਆਓ ਉਨਾ ਬਹੁਤ ਵਧੀਆ ਸਭ ਦੇ ਲਈ, ਕਿਉਂਕਿ ਇਹ ਚੀਜ਼ ਬਹੁਤ ਜ਼ਰੂਰੀ ਹੁੰਦੀ, ਜਾਣਕਾਰੀ ਬੰਦੇ ਨੂੰ ਪਤਾ ਹੋਣੀ ਚਾਹੀਦੀ ਆ। ਅਤੇ ਆਪਣਾ ਵੀਜ਼ਾ ਵਰਡ ਵਾਲਿਆਂ ਨਾਲ ਜ਼ਰੂਰ ਸੰਪਰਕ ਕਰਿਓ, ਕਾਸ਼ੀਪੁਰ ਉਹਨਾਂ ਦਾ ਐਡਰੈਸ ਆ, ਬਾਕੀ ਫੋਨ ਨੰਬਰ ਵਗੈਰਾ ਸਭ ਨੀਚੇ ਮੈਨਸ਼ਨ ਹੋਣਗੇ। ਅਤੇ ਜਿੰਨਾ ਹੋ ਸਕੇ ਬੈਸਟ ਕਰਕੇ ਆਇਓ, ਬਾਕੀ ਆਲ ਦਾ ਬੈਸਟ ਹਰ ਇੱਕ ਦੇ ਲਈ।